ਸਾਨੂੰ ਜਥੇਬੰਦੀ ਵਾਲੇ ਆਗੂਆਂ ਨੇ ਵੀ ਔਰ ਦਲਿਆਲ ਸਾਹਿਬ ਨੇ ਵੀ ਜਿਸ ਦਿਨ ਧਰਨਾ ਲੱਗਾ ਅੰਮ੍ਰਿਤਸਰ ਦੇ ਵਿੱਚ ਉਸ ਤੋਂ ਬਾਅਦ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਧਰਨਿਆਂ ਦੇ ਬਾਰੇ। ਉਹਦੇ ਤੇ ਕੁਛ ਮਤਲਬ ਜਿਹੜੀ ਗਲਤ ਫਹਿਮੀ ਹੋਈ, ਬਸ ਮੈਂ ਉਹ ਦੂਰ ਕਰਨ ਆਇਆ ਸੀਗਾ ਕਿ ਸਾਡੀ ਪਹਿਲੀ ਗੱਲ ਤੇ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਸਰਕਾਰ ਹੈ, ਮਜ਼ਦੂਰਾਂ ਦੀ ਸਰਕਾਰ ਹੈ। ਅਸੀਂ ਪੂਰੇ ਪੰਜਾਬ ਦੇ ਕਿਸਾਨਾਂ ਦੇ ਭਲੇ ਲਈ ਕੰਮ ਕਰ ਰਹੇ। ਜੇ ਮਾਨ ਸਾਹਿਬ ਦੇ ਮੂੰਹੋਂ ਕੋਈ ਏਦਾਂ ਦਾ ਸ਼ਬਦ ਨਿਕਲਿਆ ਜਿਹੜਾ ਸਾਡੇ ਸਾਥੀਆਂ ਨੂੰ ਮਤਲਬ ਕੋਈ ਇਹਨਾਂ ਦੇ ਮਨ ਨੂੰ ਠੇਸ ਪੁੱਜੀ ਹੈ, ਤੇ ਉਹਦੇ ਲਈ ਆਪਾਂ ਖਿਮਾ ਚਾਹੁੰਦੇ ਹਾਂ। ਕੋਈ ਏਦਾਂ ਦੀ ਗੱਲ ਨਹੀਂ, ਕਿਉਂਕਿ ਸਾਡਾ ਪਰਿਵਾਰ ਹੈ, ਪੰਜਾਬ ਸਾਡਾ ਸਾਰਾ ਪਰਿਵਾਰ ਹੈ। ਬਟ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਮੀਡੀਆ ਦੇ ਥਰੂ ਆਪਣੇ ਆਗੂ ਦੇ ਸਾਹਮਣੇ ਕਿ ਭਗਵੰਤ ਮਾਨ ਪਹਿਲਾ ਲੀਡਰ, ਪਹਿਲਾ ਚੀਫ ਮਿਨਿਸਟਰ ਹੈ ਪੰਜਾਬ ਦਾ, ਜਿਹਦੀ ਨੀਅਤ ਤੇ ਨੀਤੀ ਵਿੱਚ ਕੋਈ ਖੋਟ ਨਹੀਂ। ਸਧਾਰਨ ਕਿਸਾਨ ਦਾ ਪੁੱਤ ਹੈ, ਕਿਸਾਨਾਂ ਪ੍ਰਤੀ ਉਹਦੀ ਹਮਦਰਦੀ ਹੈ। ਪਰ ਜਦੋਂ ਅਸੀਂ ਮੀਟਿੰਗਾਂ ਕਰਦੇ ਹਾਂ ਬਹੁਤ ਸਾਰੀਆਂ ਮੰਗਾਂ ਏਦਾਂ ਦੀਆਂ ਹੁੰਦੀਆਂ ਜਿਨ੍ਹਾਂ ਦਾ ਬੜਾ ਸਿਸਟਮ ਲੰਮਾ ਚੌੜਾ ਹੁੰਦਾ। ਇਹ ਲਗਭਗ ਮੰਗਾਂ ਜਿਹੜੀਆਂ ਅੱਜ ਵੀ ਸਾਡੀ ਸਹਿਮਤੀ ਪਹਿਲਾਂ ਬਣੀ ਹੋਈ ਹੈ ਇਹਦੇ ਤੇ, ਮਾਨ ਸਾਹਿਬ ਦੀ ਬਣੀ ਸੀਗੀ, ਪਰ ਉੱਥੇ ਨੋਟੀਫਿਕੇਸ਼ਨ ਨਹੀਂ ਹੋਇਆ ਜਿਸ ਤੋਂ ਮਤਲਬ ਇਹਨਾਂ ਨੂੰ ਆ ਸਟੈਪ ਜਿਹੜਾ ਚੁੱਕਣਾ ਪਿਆ। ਸੋ ਅੱਜ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਨੋਟੀਫਿਕੇਸ਼ਨ ਵੀ ਕੀਤਾ, ਉਹਨਾਂ ਨੂੰ ਮੰਨਿਆ ਵੀ ਹੈ।